का खालसा वाहिगुरु जी की फतेह। अज असी चले आ जी शिमले 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 शिमले। तकरीबन सानू एक घंटा नहीं सवा घंटा उत्ते हो गया है ना, तकरीबन सवा घंटे तो उत्ते हो गया सानू चलिया नू जी अमृतसर साहब तो। असी पहुंच गए हैं फगवाड़े तो इत्थे आ गए हुण असी व्लॉग शुरू कर लगे हाँ। तुहानू शिमले की सैर करा के लिया तो जुड़े रहो अज शिमले के सफर के साढ़े नाल। अज अमृत वेले तो ड्राइविंग सीट पर भाई साहब डटे हुए ने, पिछली सीट पर भाई साहब डटे हुए ने भाई साहब डटे हुए ने पग सोहनी आ गई अच्छ सवेरे सवेरे अच है ना, सोहना लग रहा ना। कुर्ता पाया है काले रंग का, नहीं ये काला नहीं गा ग्रे, पर फिर भी ते पग साड़ी हमेशा वांगू नेवी ब्लू। सवेरे सवेरे मिठी लस्सी, गर्मियां दे दिनों दे विच सवेरे लस्सी पीनी चाहिए है, ये सेहत लई बड़ी अच्छी होंगी है, इहदे नाल अंदर ठंड पै जाती है इदां कहा जाता है, फिर भी पीनी जरूर चाहिए है। इस करके नहीं कि तत्त बड़े इस करके स्वाद बड़ी होंगी है। लस्सी असल च लई सी रात नूं, राती लियांदी सी ते फ्रिज च लाती सी, फ्रिजर दे विच उपर जिथे बर्फ जमदी है ए जमी हुई है लस्सी। आखो एदा ही मतलब कुल्फी बनी हुई है, इन पिघला रहे हैं ते मैं धुप्पे रखी हुई सी, मेरे वाली का फर्क पै गया है वेखो ते उन्हां दा फर्क पै रहा है जिहड़ा जल्दी फर्क पै गया जल्दी पीलेगा। आ तुहाडी पई पई लस्सी पौना घंटा हो गया है तो सेक नहीं अजे भी नहीं अजे भी जमी हुई है भाजी हैडफोन ला के धुप्पे हुए बन की दिया साडे नाल। हाँ वेखो रस्ता वेखो जरा एक बारी वेखो जी अगो गड्डी आ जाए। होया ये भी असी जाना ते सोलन हिमाचल वाली सी, चल असी सोचा भी अज नालागढ़ वाली चल तेरी किधर मतलब रस्ते भी आप ही बनाए जा रहे ने भी इधरों बना लो। नालागढ़ विच दे हो गए आ ते नालागढ़ दी ना रोड बंदी पई आ ते उन्हां ने डवर्सन भी नहीं कढ़ी, लोकां ने आप ही कढ़ी फिर उन्हां ने नहीं कढ़ी डवर्सन लोकां ने कढ़ी भी इहदा सैटेलाइट नूं नहीं पता हैगा जीपीएस जिहड़ा रस्ता असीं जा रहे आ। वेख इहदी गल सही आ वेखो जी इह ओए हाए सिद्धा बैठा जावे ते विखावां 2 मिनट अगे जाके विखाउणा, इह सैटेलाइट नूं भी नहीं पता लगदा जीपीएस नूं भी नहीं भी असीं किधर जांदे आ। ਉਹ ਬੰਦ ਹੀ ਹੋ ਗਿਆ ਅੱਕ ਕੇ 2-4 ਵਾਰੀ ਬੋਲਿਆ ਕਹਿੰਦਾ ਕਹਿੰਦਾ ਮਰਜ਼ੀ ਕਰੋ ਆਪਣੀ ਅਦਰੇ ਗਿਆ ਹੱਥ ਦੇ ਉੜ ਗਿਆ ਕਹਿੰਦਾ ਤੁਸੀਂ ਜਾਓ ਕਹਿੰਦਾ ਵੀ 2-3 ਵਾਰੀ ਉਹਨੇ ਕਿਹਾ ਵੀ ਇੱਧਰ ਨਹੀਂ ਇੱਧਰ ਮੁੜ ਜਾਓ, ਅਸੀਂ ਦੂਜੇ ਪਾਸੇ ਮੁੜ ਜਾਂਦੇ ਸੀ, ਫਿਰ ਕਹਿੰਦਾ ਇੱਧਰ ਮੁੜ ਜਾਓ, ਅਸੀਂ ਫਿਰ ਦੂਜੇ ਪਾਸੇ ਮੁੜ ਕੇ ਬੰਦ ਹੀ ਹੋ ਗਿਆ ਹੱਥ ਜੋੜ ਗਿਆ ਕਹਿੰਦਾ ਜਿੱਧਰ ਮਰਜ਼ੀ ਜਾਓ ਭਰਾਵਾ। ਉਸ ਮਿੰਟ ਕਰਨ ਦੇ ਆ ਜੀਪੀ ਕੀ ਜੀਪੀਆਰਐਸ ਕਿ ਜੀਪੀਐਸ ਹਾਂ ਜੀਪੀਐਸ ਕਹਿ ਰਹੇ ਹਾਂ ਵੀ ਯੂ ਆਰ ਔਨ ਦਾ ਫਾਸਟੈਸਟ ਰੂਟ ਹਾਈਵੇ ਅੱਛਾ ਸਟੇਟ ਹਾਈਵੇ ਵੇਖ ਲਓ ਬਈ ਅੱਜ ਤੋਂ 20 ਸਾਲ ਬਾਅਦ ਬਣਨਾ ਹੈ ਅੱਜ ਹੀ ਦੱਸਣ ਦਿਆ ਰਜਿਸਟਰ ਹੋ ਚੁੱਕਾ ਹੈ ਨਾ ਨਾ ਸਾਡੀ ਲੱਸੀ ਗਰਮ ਹੋ ਗਈ ਕਿ ਨਹੀਂ ਅਜੇ ਹਾਂ ਪੀਣ ਜੋਗੀ ਹੋ ਗਈ ਹੈ ਚੇਲਡੀ ਅਜੇ ਇਹ ਹੁਣ ਭਾਈ ਸਾਹਿਬ ਚਲਾ ਰਹੇ ਨੇ ਗੱਡੀ ਹਾਂਜੀ ਉਹ ਵੀ ਬੜੀ ਖਤਰਨਾਕ ਇੱਧਰ वापस नहीं जे मुड़दा पहाड़ी गोलगप्पे किदा बहुत स्वाद
ਅਸੀਂ ਰੁਕੇ ਆ ਕਿੱਥੇ ਰੁਕੇ ਆ ਇਹ ਕੌਣ ਸਾ ਇਹ ਕੌਣ ਰਾਮਸ਼ਹਿਰ ਅਸੀਂ ਰਾਮਸ਼ਹਿਰ ਰੁਕੇ ਆ ਜੀ ਤੇ ਗੋਲ ਗੱਪੇ ਖਾ ਰਹੇ ਆ ਗੋਲ ਗੱਪੇ ਦਾ ਨਾਸ਼ਤਾ ਇਹ ਸ਼ਹਿਰ ਆ ਜੀ ਰਾਮਸ਼ਹਿਰ ਅਸੀਂ ਹੁਣੇ ਪੰਜ ਛੋਟਾ ਜਿਹਾ ਸ਼ਹਿਰ ਹੈ ਬਸ 15 ਕੀ ਦੁਕਾਨਾਂ ਨੇ ਕੁੱਲ ਮਿਲਾ ਕੇ ਤੇ ਅਸੀਂ ਚੱਲ ਪਏ ਆ ਅੱਗੇ ਅਸੀਂ ਇੱਧਰ ਦੀ ਇਸੇ ਲਈ ਆਏ ਸੀ ਨਵੀਂ ਨਵੀਂ ਜਗ੍ਹਾ ਵੇਖਣ ਲਈ ਸੋਲਨ ਨਾਲ ਦੀ ਤਾਂ ਸਾਰੇ ਜਾਂਦੇ ਆ ਇੱਧਰ ਛੋਟੇ ਸ਼ਹਿਰ ਜ਼ਿਆਦਾ ਆਉਂਦੇ ਆ ਇੱਧਰੋਂ ਤੁਹਾਨੂੰ ਵਿਖਾਉਂਦੇ ਨਾਲ ਗੋਲ ਗੱਪੇ ਬੜੇ ਸਵਾਦ ਸੀ ਇੱਦਾਂ ਹੋਇਆ ਵਾ ਹੁਣ ਵੀ ਸਾਡੀ ਗੱਡੀ ਹੋ ਗਈ ਹੈ ਗਰਮ ਅਤੇ ਚੱਲਦੀ ਨਹੀਂ ਪਈ ਅਤੇ ਇਹਨੂੰ ਠੰਡੀ ਕਰਨ ਲਈ ਅਸੀਂ ਲਾਇਆ ਵਾ ਅਤੇ ਅੱਗੇ ਸ਼ੋਰੂਮ 'ਚ ਵਿਖਾਉਣੀ ਪੈਣੀ ਆ ਆਹ ਸੁਜੈਸਟ ਕਰਾਂਗੇ ਵੀ ਜਿਹੜੇ ਰਸਤੇ ਅਸੀਂ ਆਏ ਹਾਂ ਨਾ ਹੀ ਆਇਓ ਕਿਉਂਕਿ ਇੱਥੇ ਨਾ ਤਾਂ ਕੋਈ ਰਸਤੇ 'ਚ ਮਕੈਨਿਕ ਹੈ ਅਤੇ ਨਾ ਹੀ ਕੋਈ ਹੋਰ ਕੁਛ ਹੈਗਾ ਨਾਲਾਗੜ੍ਹ ਤੋਂ ਜਿਹੜਾ ਸ਼ਿਮਲੇ ਰੂਟ ਜਾਂਦਾ ਉੱਧਰੋਂ ਬਹੁਤ ਵਧੀਆ ਨਹੀਂ ਆ ਅਤੇ ਛੋਟੀ ਜਿਹੀ ਰੋਡ ਆ ਅਤੇ ਦੁਕਾਨਾਂ ਵੀ ਕੋਈ ਬਹੁਤੀਆਂ ਨਹੀਂ ਹੈਗੀਆਂ ਅਤੇ ਬੜਾ ਦੂਰ ਦੂਰ ਸ਼ਹਿਰ ਆਉਂਦੇ ਅਤੇ ਸੜਕ ਵੀ ਬਿਲਕੁਲ ਛੋਟੀ ਅਤੇ ਬਿਲਕੁਲ ਸਿੱਧੀ ਆ ਅਤੇ ਸਾਡੀ ਗੱਡੀ ਵੇਖੋ ਗਰਮ ਹੋ ਗਈ ਆ ਆਹ ਵੇਖੋ ਅਤੇ ਇੱਧਰ ਵੇਖੋ ਗੱਡੀ ਗਰਮ ਹੋਣ ਦੇ ਬਾਅਦ ਗੱਡੀ 'ਤੇ ਇੰਜੋਏ ਹੋ ਰਿਹਾ ਇੰਜੋਏ ਡਿਊ ਪਾਰਟੀ ਕੁਰਕਰਾ ਪਾਰਟੀ ਸ਼ੁਰੂ ਹੋ ਗਿਆ ਅਸੀਂ ਪਹੁੰਚ ਗਏ ਸ਼ਿਮਲੇ ਬਸ ਗੁਰਦੁਆਰਾ ਸਾਹਿਬ ਪਹੁੰਚਣ ਵਾਲੇ ਆ ਬਹੁਤ ਥੱਕ ਗਏ ਆ ਗੱਡੀ ਚਲਾ ਕੇ ਸਫ਼ਰ ਕਰਕੇ ਬੰਦਾ ਥੱਕ ਜਾਂਦਾ ਸਰੀਰ ਜੀ ਕਮਰਾ ਆ ਜਿੱਥੇ ਸ਼ਿਮਲੇ ਅਸੀਂ ਕਮਰੇ 'ਚ ਰਹਿ ਰਹੇ ਹਾਂ ਇਹ ਦਰਵਾਜ਼ਾ ਸਟਾਰਟਿੰਗ ਵਾਲਾ ਡੋਰ ਹੈ ਇੱਧਰ ਬਾਹਰ ਸੜਕ ਹੈ ਅਤੇ ਇੱਥੋਂ ਕਮਰਾ ਸ਼ੁਰੂ ਹੁੰਦਾ ਅਤੇ ਨਾਲ ਹੀ ਅੱਗੇ ਵਾਸ਼ਰੂਮ ਹੈ ਅਤੇ ਇੱਧਰ ਅੰਦਰ ਵਾਸ਼ਰੂਮ ਹੈ ਅਤੇ ਫਿਰ ਆਹ ਅੱਗੇ ਕਮਰਾ ਆ ਜੀ ਸਟਾਰਟਿੰਗ ਆਹ ਵੇਖੋ ਅਤੇ ਅੱਗੇ ਆ ਕੇ ਆਹ ਅੱਗੇ ਇੱਕ ਕਮਰੇ ਆਹ ਦੇਖੋ ਇੱਕ ਤਾਂ ਆਹ ਕਮਰਾ ਹੈ ਨਾ ਜੀ ਆਹ ਉੱਧਰੋਂ ਆਏ ਸੀ ਆਪਾਂ ਅਤੇ ਅੱਗੇ ਆ ਕੇ ਫਿਰ ਇੱਕ ਹੋਰ ਕਮਰਾ ਹੈ ਅਤੇ ਆਹ ਕਮਰੇ ਦੇ ਵਿੱਚ ਆਹ ਅੱਗੇ ਫਿਰ ਵਾਸ਼ਰੂਮ ਹੈ ਇਹ ਵਾਲਾ ਫਿਰ ਵਾਸ਼ਰੂਮ ਹੈ ਅਤੇ ਫਿਰ ਅੱਗੇ ਆਹ ਕਮਰਾ ਹੈ ਖਲਾਰਾ ਅਸੀਂ ਬਹੁਤ ਪਾਇਆ ਅਤੇ ਅੱਗੇ ਬਾਲਕਨੀ ਹੈ ਜੀ ਆਹ ਅੱਗੇ ਬਾਲਕਨੀ ਹੈ ਅਤੇ ਇੱਧਰ ਆਹ ਸਾਰਾ ਵਿਊ ਵੇਖੋ ਜੀ ਬਾਹਰ ਦਾ ਇਹ ਆਹ ਪਹਾੜ ਹੈ ਉਹ ਦੇਖੋ ਦੂਰ ਤੱਕ ਪਹਾੜ ਦਿਖਦੇ ਨੇ ਅਤੇ ਇੱਧਰ ਸਾਰਾ ਸ਼ਿਮਲਾ ਆ ਉਹ ਵੇਖੋ ਕਿੰਨਾ ਸੋਹਣਾ ਹੈ ਨਾ ਲੈ ਰਾਤ ਹੋ ਚੁੱਕੀ ਹੈ ਅਤੇ ਆਹ ਸਾਰਾ ਸਵੇਰੇ ਵੀ ਇੱਕ ਵਾਰੀ ਵਿਊ ਦਿਖਾਵਾਂਗਾ ਤੁਹਾਨੂੰ ਬੜੀ ਕਿਰਪਾ ਥੋੜਾ ਜ਼ੋਰ ਲਾ ਲਓ 10 ਸੈਕਿੰਡ ਹੋਰ ਉੱਪਰ ਚਲੋ ਹਾਂ ਕਿਸੋ ਕੁੱਕੀ ਹੈ ਹਾਂਜੀ ਕਰਕੇ ਕੀਰਤਨ ਪ੍ਰਸ਼ਾਦਾ ਪਾਣੀ ਛਕ ਲਿਆ ਜੀ ਅਤੇ ਹੁਣ ਦੁੱਧ ਛਕਣ ਲੱਗੇ ਹਾਂ ਅਤੇ ਫੌਜਾਂ ਹੋਣ ਲੱਗੀਆਂ ਲਾਮ ਲੇਟ ਇੱਧਰ ਵੇਖੋ ਹਾਂਜੀ ਕੁਛ ਕਹਿਣਾ ਚਾਹੋਗੇ ਸੋਹਣਾ ਚਾਹਾਂਗੇ ਬਸ ਕਿੰਨਾ ਸੋਹਣਾ ਹੈ ਪਿੱਛੇ ਕਲਰ ਆਉਂਦਾ ਪਿਆ ਕਲੈਰਟੀ ਦੇਖੋ ਕਿੰਨੀ ਆਉਂਦੀ ਪਈ ਪਿੱਛੇ ਕਲੈਰਟੀ ਕਿੰਨੀ ਆ ਰਹੀ ਹੈ ਹਾਂ ਆਪ ਬਹੁਤ ਸੁੰਦਰ ਲੱਗ ਰਹੇ ਹੋ ਅੱਜ ਅੱਛਾ ਉਹ ਵੀ ਸਿਰਫ ਕੈਮਰੇ ਮੇਂ ਤੁਮ ਹਮੇਸ਼ਾ ਕੀ ਤਰ੍ਹਾਂ ਵੈਸੇ ਹੀ ਲੱਗ ਰਹੇ ਹੋ ਫਰਨਾ ਵੇ ਡੱਬੀਆਂ ਫਰਨਾ ਕੈਸਾ ਬਣਦਾ ਹੈ ਵਾਹਿਗੁਰੂ ਜੀ ਕੀ ਚਾਹੁੰਦੇ ਹੋ ਸੋਹਣਾ 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 ਕਿਹੜੇ ਵਾਲਾ ਸੋਹਣਾ ਵੈਸੇ 11 ਵੱਜ ਗਏ ਜੀ
ਇਹ ਵੀ ਦੱਸੋ ਵੀ ਇੱਥੇ ਪੱਖਾ ਨਹੀਂ ਹੈਗਾ ਜੀ ਠੰਡ ਸ਼ਿਮਲੇ ਦੇ ਵਿੱਚ ਪੱਖਾ ਨਹੀਂ ਹੁੰਦਾ ਕਾਂਦੀ ਹੈ ਸਿਰਫ ਠੰਡ ਲੱਗ ਗਈ ਠੰਡ ਲੱਗ ਗਈ ਠੰਡ ਲੱਗ ਗਈ ਸੱਚ ਮੈਂ ਤੁਹਾਨੂੰ ਬਾਹਰੋਂ ਵਿਖਾਵਾਂ ਇੱਕ ਵਾਰੀ ਮਾਹੌਲ ਕਿੱਦਾਂ ਦਾ ਕਿੱਸਾ ਆਏਗਾ ਮਾਹੌਲ ਮੈਂ ਤੁਹਾਨੂੰ ਬਾਹਰ ਦਾ ਮਾਹੌਲ ਵਿਖਾਉਂਦਾ ਇੱਕ ਮਿੰਟ ਰੁਕੋ ਓ ਇੱਕ ਸਕਿੰਟ ਇਹ ਦੇਖੋ ਇਹ ਹੈ ਸ਼ਿਮਲਾ ਹਮਾਰੇ ਕਮਰੇ ਸੇ ਬਾਹਰ ਐਸਾ ਸ਼ਿਮਲਾ ਦਿਖ ਰਿਹਾ ਹੈ ਓ ਵਾਹ ਸਿਰਫ ਲਾਈਟਾਂ ਜਿੱਦਾਂ ਇੱਦਾਂ ਲੱਗਦਾ ਨਾ ਇੱਦਾਂ ਲੱਗਦਾ ਇੱਦਾਂ ਲੱਗਦਾ ਇੱਦਾਂ ਆਹ ਹਾ ਹਾ ਕਿੰਨਾ ਸੋਹਣਾ ਆ ਸਵੇਰੇ ਵੀ ਦਿਖਾਵਾਂਗਾ ਇੱਕ ਵਾਰੀ ਚਲੋ ਜੀ ਸਾਨੂੰ ਹੁਣ ਬਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।